ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ। ਵੈਲਕਮ ਹੈ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਵੀਰਪਾਲ ਕੌਰ 18 'ਤੇ। ਟਾਈਮ ਹੋ ਗਿਆ 8 ਵਜੇ 'ਚ ਰਹਿ ਗਏ 10 ਮਿੰਟ, ਲੇਟ ਹੀ ਉੱਠੇ ਸੀਗੇ ਕਿਉਂਕਿ ਅੱਜ ਆਪਾਂ ਤੋਰੀਆਂ ਨਹੀਂ ਸੀ ਤੋੜਨੀਆਂ ਅਤੇ ਬਾਹਰ ਮੌਸਮ ਦੇਖੋ ਮੰਮੀ, ਮੈਨੂੰ ਇਹਦੀ ਹਵਾ ਚੱਲੀ ਜਾਂਦੀ, ਮੈਨੂੰ ਤਾਂ ਕਿਤੇ ਹਵਾ ਦਿੰਦੀ ਨਹੀਂ। ਮੌਸਮ ਤਾਂ ਉਹੋ ਜਿਹਾ ਹੀ ਹੋਇਆ ਪਿਆ, ਕੋਈ ਫਾਇਦਾ ਨਹੀਂ ਹਵਾ ਉਗਾਉਣ ਦਾ। ਮੀਂਹ ਡਿੱਗੀ ਜਾਂਦੇ ਆ, ਮੀਂਹ ਨਹੀਂ ਹੁੰਦਾ, ਬਸ ਬੁਰਾ ਹਾਲ ਹੀ ਆ ਕੰਮ। ਅਤੇ ਮੰਮੀ ਉੱਧਰ ਭਾਂਡੇ ਸਾਫ਼ ਕਰੀ ਜਾਂਦੀ ਆ, ਅਤੇ ਦਿਲ ਕੋ ਸ਼ਾਂਤੀ ਨੂੰ ਦਵਾਈ ਦਵਾਉਣ ਗਿਆ, ਫਿਰ ਉਸ ਤੋਂ ਬਾਅਦ ਉਹਨੇ ਦੇਖਣ ਜਾਣਾ ਮੂਵੀ। ਹਾਂਜੀ ਮੰਮੀ, ਸਤਿ ਸ਼੍ਰੀ ਅਕਾਲ, ਕੈਸੇ ਹੋ? ਵਧੀਆ। ਕਾਜੂ ਆ ਕੇ ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗਿਆ, ਵਿਹੜੇ ਦੀ ਰੌਣਕ ਆ ਗਈ। ਗੱਲ ਸਹੀ ਹੈ, ਵਿਹੜੇ ਦੀਆਂ ਰੌਣਕਾਂ ਹੀ ਹੈ ਨਾ। ਹੁਣ ਬੱਬੂ ਦੁੱਧ ਪੀ ਜਾਂਦੇ, ਮੈਂ ਕਿਹਾ ਸਾਰੇ ਜਣੇ ਔਨ ਡਿਊਟੀ ਹੋਏ ਪਏ ਆ ਹੁਣ। ਹੋਰ ਆਂਟੀ ਨੇ, ਫਿਰ ਆਂਟੀ ਨੂੰ ਅਸੀਂ ਅੱਗੇ ਇੱਕ ਜਦੋਂ ਠੀਕ ਜਿਹੀ ਹੋ ਗਈ, ਵੀ ਇਕੱਲੀ ਸਿਰਫ ਧਾਰ ਕਢਾ ਦਿਆ ਕਰੀ, ਉਸ ਤੋਂ ਬਾਅਦ ਕੋਈ ਕੰਮ ਨਾ ਕਰਿਆ ਕਰੀ, ਹੈਨਾ। ਅਤੇ ਹੁਣ ਮੈਂ ਕੱਢਦੀ ਹਾਂ ਕੱਪੜੇ ਮਸ਼ੀਨ 'ਚੋਂ ਅਤੇ ਮਾਰਦੀ ਹਾਂ ਝਾੜੂ ਝੂੜੂ, ਅਤੇ ਉਹਨਾਂ ਟਾਈਮ ਲਾਉਣੇ ਆ ਫੋਨ ਚਾਰਜ, ਫਿਰ ਕਰਦੇ ਹਾਂ ਲੋਕ ਕੰਟੀਨਿਊ। ਚਲਾ ਦੇ ਤਾਕੇ ਤਾਕੇ ਆ ਕੇ ਸਾਰੀਆਂ ਭੂਆ ਖਾ ਦਿੰਦਾ, ਦਾਦੀਆਂ ਖਾ ਦਿੰਦਾ। ਹੈ ਕੋਚੂ, ਓਏ ਕੋਚ, ਲੈ ਹੈਂ। ਗੁੱਡ ਮੋਰਨਿੰਗ ਗਾਇਸ, ਗੁੱਡ ਮੋਰਨਿੰਗ। ਕਾਫੀ ਦਿਨਾਂ ਬਾਅਦ ਜਿਹੜਾ ਮੋਰਨਿੰਗ ਹੈ ਮੈਂ ਵਲੌਗ ਸ਼ੂਟ ਕਰਨ ਲੱਗੀ ਹਾਂ, ਅਤੇ ਭਾਬੀ ਦਾ ਐਕਸਪੀਰੀਅੰਸ ਪੁੱਛਦੇ ਹਾਂ ਆਪਾਂ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਜ ਸਹੁਰੇ ਪਿੰਡ ਆ ਕੇ ਤੜਕੇ ਦੀ ਸਵੇਰ? ਕਿੱਦਾਂ ਦਾ ਵੀ ਸੋਹਣਾ ਸੋਹਣਾ ਮਹਿਸੂਸ ਹੋ ਰਿਹਾ ਕਿ ਐਂ ਜੇ ਲੱਗ ਰਿਹਾ ਵੀ ਪੇਕੀ ਵਾਲੀ ਮੌਤ ਸੀਗੀ। ਉੱਥੇ ਵੀ 6 ਵਜੇ ਅੱਛਾ ਠੀਕ ਹੈ। ਨਹੀਂ ਤੇ ਮੇਰੀ ਗੱਲ ਸੁਣੀ, ਉਹ ਅੱਜ ਆਪਾਂ ਤੋਰੀਆਂ ਨਹੀਂ ਸੀ ਤੋੜਨੀਆਂ ਤਾਂ ਹੀ ਮੈਨੂੰ ਛੁੱਟੀ ਮਿਲ ਗਈ, ਨਹੀਂ ਤਾਂ ਮੈਨੂੰ ਤਾਂ 6 ਵਜੇ ਉਠਾ ਲੈਂਦੇ ਆ। ਕੱਲ ਨੂੰ ਤੋਰੀਆਂ ਤੋੜਨੀਆਂ, ਤੈਨੂੰ ਹਸਾਇਆ ਕਿਸੇ ਨੇ? ਤੈਨੂੰ ਕੋਈ ਨੀ ਬੁਲਾਉਂਦਾ, ਇੱਧਰ ਆਪਣਾ ਚਾਹ ਲਾ ਕੌਲਾ ਵੀ ਪਹੁੰਚ ਗਿਆ। ਲਓ ਵੀ ਭਾਬੀ ਦੇ ਸੰਧਾਰੇ ਵਾਲੀ ਬਰਫੀ ਵੀ ਪਹੁੰਚ ਗਈ ਲਿਆਮੀ।
ਹੈਲੋ ਵੀ ਕਿਹਨੇ ਖਾਣਾ ਮਠਿਆਈ? ਵੈਸੇ ਅਸੀਂ ਹੁਣ ਮਠਿਆਈ ਲਿਆਉਣੀ ਬੰਦ ਕਰਤੀ ਸੀਗੀ, ਪਰ ਭਾਬੀ ਕਹਿੰਦੀ ਮੇਰਾ ਫਰਜ਼ ਬਣਦਾ ਸੀ। ਮੈਂ ਕੋਈ ਨਹੀਂ, ਤੁਸੀਂ ਲਿਆਓ, ਅਸੀਂ ਖਾਵਾਂਗੇ। ਕੀ ਗੱਲ ਬੱਬੂ, ਚਾਹ ਪਛਾਣ ਨਹੀਂ ਆਉਂਦੀ ਮੇਰੀ? ਹੁਣ ਤਾਂ ਤਾਜੂ ਦੇ ਸਾਰੇ ਫੈਮਿਲੀ ਮੈਂਬਰ ਆ ਜਿਹੜੇ ਔਨ ਡਿਊਟੀ ਰਹਿੰਦੇ ਆ। ਇੱਧਰ ਮੈਂ ਬੋਲਣ ਲੱਗ ਗਈ ਨਾ ਤਾਂ ਸ਼ੀਸ਼ੀ ਛੱਡਤੀ ਅਤੇ ਆਵਾਜ਼ ਸੁਣਨ ਲੱਗ ਗਈ। ਹੈ ਤਾਜੂ, ਉਹ ਕੜਤਾ ਕੜਤਾ ਕੜਤਾ। ਚਲੋ ਜੀ, ਫਿਰ ਲਾ ਦਿਓ ਪੈਣੀ ਹੈ ਤੇਰੇ। ਬੱਬੂ ਨੇ ਕੱਲ੍ਹ ਨੇਲ ਪੇਂਟ ਫੇਰ ਬਦਲਤੀ, ਕਹਿੰਦੀ ਮੈਨੂੰ ਸੋਹਣੀ ਨਹੀਂ ਲੱਗੀ। ਸੱਚ ਸੁੱਕੀ ਨਹੀਂ, ਉਹ ਸੁੱਕੀ ਨਹੀਂ ਸੀ, ਉਦੋਂ ਰੋਟੀ ਖਾਣੀ ਸੀ। ਲੈ ਲੈ ਦਿੰਦੀ ਹੈ ਬੇਬੇ। ਹੋਰ ਬੱਬੂ ਤਾਂ ਨਹੀਂ ਪੀਣ ਲੱਗਦੀ? ਵਾਲੀਆਂ ਛੇੜਖਾਨੀਆਂ ਕਰਦੀ ਹੈ ਹੁਣ ਤਾਂ ਇਹ। ਮੈਨੂੰ ਚਿੱਤ ਕਰਨ ਨੂੰ ਹਟ ਗਿਆ ਸ਼ਾਇਦ, ਬੋਲੀ ਜਾਂਦੀ ਹੈ ਤੂੰ। ਮੈਂ ਬੋਲੀ ਜਾਂਦੀ ਨਾ ਤਾਂ ਕਰਕੇ ਇੱਧਰ ਉਹ ਚੱਕਰ ਪਿਆ ਪਿਆ ਨਹੀਂ। ਬੋਲਣ ਦੀ ਕੋਸ਼ਿਸ਼ ਕਰਦੇ ਪਰ ਬੋਲਿਆ ਜਾਂਦਾ ਨਹੀਂ ਵਿਚਾਰੀ ਤੋਂ। ਹੈ ਦਾਜੂ, ਬੋਲਣ ਦੀ ਕੋਸ਼ਿਸ਼ ਕਰਦਾ ਜੀ ਪੁੱਤੂ। ਆਹੋ ਕਹਿੰਦੀ, ਸਿਰ 'ਤੇ ਮਹਿਲ ਲੱਗੀ ਵੀ ਇਹਦੇ। ਗੋਲਗੱਪੇ ਨਹੀਂ ਛੱਡਿਆ, ਗੋਲਗੱਪਾ ਕਿੱਥੇ ਜੀ? ਤੂੰ ਦਾਦ ਕੀ ਆ ਗਿਆ ਸੀ? ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ, ਸਤਿ ਸ਼੍ਰੀ ਅਕਾਲ ਬੁਲਾਈ ਬੁਲਾ ਦੇ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਬੁਲਾ ਦੇ। ਹਜੇ ਨਹੀਂ ਮੈਨੂੰ ਆਉਂਦੀ ਕਹਿ ਭੂਆ, ਭੂਆ ਹਜੇ ਨਹੀਂ ਮੈਨੂੰ ਆਉਂਦੀ, ਸਤਿ ਸ਼੍ਰੀ ਅਕਾਲ। ਮੈਂ ਵੀ ਤੇਰੀ ਭੂਆ ਹੀ ਹਾਂ, ਮੇਰੇ ਨਾਲ ਵੀ ਹੱਸ ਲਿਆ। ਛੱਡਤਾ ਤੈਨੂੰ ਤਿਆਰ ਕਰਤਾ ਤੇ ਮੰਮੀ ਨੇ ਤਾਜ ਵਤਨ ਹੱਥ 'ਚ ਹੀ ਉਹ ਪਾਤਾ, ਜਿਵੇਂ ਜਿਵੇਂ ਤਾਜ ਵਤਨ ਹੱਥ ਲਾਉਂਦੀ ਉਵੇਂ ਉਵੇਂ ਛੜਕਦਾ। ਹੈ ਤਾਜ ਵਤਨ, ਸਕਰਟ ਸੂਟ ਪਾਇਆ ਜੀ ਤਾਜ ਵਤਨ, ਸਕਰਟ ਚੱਕੀ ਬੈਠੀ ਆ ਤਾਜ ਵਤਨ। ਪਾਉਣ ਤਾਂ ਅੱਖਾਂ 'ਚ ਮਾਰ ਲੈਂਗੀ ਅਸੀਂ, ਅੱਖਾਂ 'ਚ ਸਗਲੀ ਪਾ ਦੇ ਤੇਰੇ ਹੱਥਾਂ 'ਚ। ਖੜ ਜਾ ਮੰਮੀ ਇੱਕ ਮਿੰਟ, ਹੈ ਨਾ, ਖੇਡ ਲੈਂਦੇ ਖੇਡ ਲੈਂਦੇ। ਸਗਲਿਆਂ ਨੇ ਖੜਕਾਇਆ ਕਰੀਏ ਮੇਰੇ ਪਤੀ, ਜੇ ਮੋਟੇ ਮੋਟੇ ਲੈ ਕੇ ਪਾਏ ਚੁਣੇ ਚੁਣੇ ਚੰਗਾ, ਅਤੇ ਤੈਨੂੰ ਪਤਾ ਲੱਗ ਜਾਵੇ ਸੜਕਾਂ ਹੁੰਦਾ। ਹਜੇ ਭਾਰ ਚੱਕਿਆ ਨੀ ਜਾਂਦਾ, ਛੋਟੀ ਵੱਧ ਗਿਆ। ਚਲੋ ਚਲੋ ਚਲੋ, ਬਠਿੰਡੇ ਤਾਂ ਆਏ ਸੀਗੇ, ਸਾਨੂੰ ਆਏ ਸੀਗਾ ਵੀ ਚਲੋ ਜਾ ਕੇ ਰੈਸਟ ਕਰਾਂਗੇ, ਪਰ ਇਹ ਨਹੀਂ ਸੀ ਪਤਾ ਵੀ ਡੈਡੀ ਤੋਰੀਆਂ ਵਾਸਤੇ ਬਾਲਟੀਆਂ ਚੱਕੀ ਆਉਂਦੇ ਤੇ ਦਿਲ ਕੁਝ ਮਿਰਚਾਂ ਵਾਸਤੇ ਟੱਬ ਚੱਕੀ ਫਿਰਦਾ। ਤੇ ਹੁਣ ਜਿਹੜਾ ਆਪਣਾ ਪ੍ਰੋਗਰਾਮ ਆ, ਮਿਰਚਾਂ ਨਹੀਂ ਹੋਇਆ ਤੇ ਜੋਤ ਭਾਬੀ ਆਪਣਾ ਪੂਰਾ ਪੂਰਾ ਸਾਥ ਦੇ ਰਹੀ ਆ। ਮਿਰਚਾਂ ਅਸੀਂ ਸ਼ੁਰੂ ਕਰ ਲਈਆਂ, ਆਹ ਮੈਂ ਤੇ ਭਾਬੀ ਨੇ ਭਰਨੀ ਆ, ਉਹ ਮੰਮੀ ਨੇ ਭਰਨੀ ਆ। ਹਾਂ ਅਸੀਂ ਆਹ ਤਾਂ ਅਸੀਂ ਤੋੜਦੇ, ਆਹ ਤਾਂ ਬੂਟਾ ਅਸੀਂ ਖਾਲੀ ਕਰਤਾ, ਬਸ ਡੈਡੀ ਕਹਿੰਦੇ ਇੱਕ ਲਫਾਫਾ ਹੀ ਭਰਨਾ ਤੇ ਦਿਲ ਕੋਈ ਟੱਬ ਚੱਕੀ ਫਿਰਦਾ। ਭਰ ਦੇਵਾਂਗੇ, ਦੋ ਲਫਾਫੇ ਭਰ ਦੇਵਾਂਗੇ। 6 ਵਜੇ ਇੱਕ ਘੰਟਾ ਲਾ ਲਓ ਬਸ, ਨਿਪਟ ਜਾਣਾ ਕੰਮ। ਤੇ ਮੈਂ ਭਾਬੀ ਨੂੰ ਆਖਿਆ ਦਿਲ ਕੋ, ਮੈਂ ਕਿਹਾ ਜੇ ਮੀਂਹ ਆ ਗਿਆ ਭਾਬੀ ਫਿਰ ਤਾਂ ਭਲਾਈ ਰਾਤ ਤਾਈਂ ਤਰਾਈ ਚੱਲਿਓ, ਮੀਂਹ ਆਵੇ ਸਹੀ। ਠੀਕ ਆ ਠੀਕ ਆ, ਮੌਸਮ ਤਾਂ ਬੇਕਾਰ ਜਿਹਾ ਹੀ ਆ, ਸਲਾਬਾ ਜਿਹਾ।
ਅੱਛਾ ਹੁਣ ਸਪੈਸ਼ਲ ਮੰਮੀ ਇੱਥੇ ਹੁਣ ਬਿਜਲੀ ਕਿਤਾ ਖੂਬ ਖੀ ਭਰ ਲਈ ਤਿੰਨ ਬੰਦੇ ਪਿੱਛੇ ਨਹੀਂ ਵੀਰੇ ਵੀਰ ਗਈ ਕਈ ਮੇਰਾ ਢਿੱਡ ਦਵਾਈ ਦਵਾ ਕੇ ਲਿਆਓ ਦਾਦੀ ਬਾਤੀ ਵੀਰ ਕਿਆ ਮੂਹਰੇ ਬੈਠਾ ਨਾਲੇ ਆਵਾਂ ਬੈਠਣਾ ਵੀ ਮੂਹਰੇ ਹੀ ਆ ਸੀ ਪਿੱਛੇ ਵੀ ਨੀ ਬੈਠਣਾ ਦੇਖ ਦੋ ਪਰ ਐਂ ਕਰਕੇ ਬੈਠ ਗਏ ਹੁਣ ਵੀ ਸਾਡੀ ਫੋਟੋ ਨਾ ਆਜੇ ਮਹਿੰਦੀ ਦਾ ਪ੍ਰੋਗਰਾਮ ਵੀ ਕਰਨਾ ਹੈ ਉਹਦੇ ਆਪਾਂ ਘਰੇ ਬੁਲਾ ਲਾਂਗੇ ਵੀਰ ਇਹਨੂੰ ਤੇ ਇਹਨਾਂ ਦੇ ਮਹਿੰਦੀ ਵੀ ਲਵਾਉਣੀ ਆ ਤੇ ਅਮਰਿੰਦਰ ਦੇ ਵੀ ਲਵਾਵਾਂਗੇ ਕਿਉਂਕਿ ਤੁਹਾਨੂੰ ਪਤਾ ਵੀ ਅਮਰਿੰਦਰ ਦਾ ਸੌਣ ਆਉਣਾ ਇਹਨਾਂ ਦਾ ਸੌਣ ਤਾਂ ਇੱਥੇ ਹੀ ਆ ਦੋਨੇ ਸਹੁਰੀ ਆ ਤਾਂ ਕਰਕੇ ਤੇ ਪਹਿਲਾਂ ਇਹਨਾਂ ਦੇ ਚੂੜੀਆਂ ਪਾਉਣੇ ਆ ਫਿਰ ਉਸ ਤੋਂ ਬਾਅਦ ਮੰਮੀ ਦੇ ਲਵਾਉਣੇ ਆ ਇੰਜੈਕਸ਼ਨ ਕਿਉਂਕਿ ਮੰਮੀ ਦੇ ਪੇਨ ਹੋ ਜਾਂਦਾ ਸੀ ਫਿਰ ਅਸੀਂ ਕਿਹਾ ਵੀ ਹੁਣ ਐਕਸ-ਰੇ ਲਵਾ ਲਓ ਅਸੀਂ ਬਾਅਦ ਚ ਚੂੜੀਆਂ ਪਵਾ ਲਾਂਗੇ ਮੰਮੀ ਦੀ ਬਿਮਾਰੀ ਆਪਾਂ ਇੰਨੇ ਖੁਸ਼ ਹੋ ਗਏ ਬਿਮਾਰੀ ਨਹੀਂ ਵੇ ਆਂਟੀ ਨੇ ਪਹਿਲਾਂ ਕਿ ਇੰਜੈਕਸ਼ਨ ਲਵਾ ਲੈਣੇ ਚਲ ਬੰਗਾ ਤਾਂ ਚੱਲ ਜੇ ਚਲੋ ਕੋਈ ਨੀ ਦੇਖਦੇ ਜਿੱਥੇ ਪਹਿਲਾਂ ਖੜੇ ਉੱਥੇ ਵਲੌਗ ਬਣਾ ਲਾਂਗੇ ਆਪਾਂ ਹਸਪਤਾਲ ਖੜੇ ਤਾਂ ਹਸਪਤਾਲ ਬਣਾ ਲਾਂਗੇ ਬਸ ਇਧਰੋਂ ਤਾਂ ਜੇ ਦੇਖੀਏ ਤਾਂ ਪਹਿਲਾਂ ਬੰਗਾਂ ਵਾਲੀ ਦੁਕਾਨ ਹੀ ਆਊਗੀ ਹਾਂ ਪਹਿਲਾਂ ਬੰਗਾਂ ਹੀ ਚੜਾ ਲਓ ਫਿਰ ਉਧਰ ਦੀ ਵੀਰੇ ਆਪਾਂ ਮੰਡੀ ਵੇਚਦੀ ਆ ਜਾਵਾਂਗੇ ਦਾਣਾ ਮੰਡੀ ਵੇਚਦੀ ਤੇ ਲੋ ਵੀ ਹੁਣ ਆਪਾਂ ਚੱਲਦੇ ਹਾਂ ਮੰਡੀ ਤੇ ਫਿਰ ਤੁਹਾਨੂੰ ਪਤਾ ਵੀ ਆ ਕੇ ਅੱਜ ਆਪਾਂ ਪਾਰਟੀ ਸ਼ਾਰਟੀ ਵੀ ਕਰਨੀ ਤੇ ਕੱਲ ਤੋਂ ਆਪਣਾ ਜਿਹੜਾ ਡਾਈਟ ਪਲਾਨ ਸ਼ੁਰੂ ਹੋ ਜਾਊਗਾ ਤੇ ਹੁਣ ਜਾਂਦੇ ਨੇ ਸੱਚ ਵੇਟ ਵੀ ਉਹ ਕਰਕੇ ਜਾਣਾ ਹਾਂ ਚੈੱਕ ਕਰਕੇ ਜਾਣਾ ਵੇਟ ਚੈੱਕ ਕਰਕੇ ਜਾਣਾ ਦਿਲ ਖੁਸ਼ ਨੂੰ ਫੋਨ ਕਰ ਦਾਂਗੇ ਮੋਟਰਸਾਈਕਲ ਤੇ ਆ ਜਾਓ ਉਹ ਵੀ ਰਲ ਗਿਆ ਸਾਡੇ ਨਾਲ ਹਾਂ ਅਸੀਂ ਤਿੰਨ ਜਣੇ ਭਾਰ ਘਟਾ ਰਹੇ ਹਾਂ ਕੱਲ ਤੋਂ ਸਾਡੀ ਡਾਈਟਿੰਗ ਹਾਂਜੀ ਮੈਂ ਵੀ ਕਹਿੰਦਾ ਇਹ ਨਹੀਂ ਕਹਿੰਦਾ ਆ ਖਾਣਾ ਉਹ ਖਾਣਾ ਖਾਣਾ ਵੀ ਹੈ ਮੈਂ ਕਹਿੰਦਾ ਕਹਿੰਦਾ ਉਹ ਨਹੀਂ ਵੀ ਭੁੱਖੇ ਰਹਿ ਕੇ ਕਹਿੰਦਾ ਡਾਈਟਿੰਗ ਕਰਨੀ ਹੈ ਵੀ ਭਾਰ ਘਟਾਉਣਾ ਹੈ ਬਾਗੂ ਕੁਛ ਤਾਂ ਪਾਇਆ ਕੇਲੇ ਪਾਇਆ ਦੋ ਤਿੰਨ ਦਿਨ ਤਾਂ ਚੱਲ ਹੀ ਜਾਣ ਠੀਕ ਹੈ ਲੋ ਪੀਤੇ ਬਣ ਗਏ ਤੇ ਹੋਰ ਪਿੱਛੋਂ ਐ ਫਲਾਇਆ ਪਿਆ ਕਵਰ ਪੈਸੇ ਤੁਨ ਤੁਨ ਕੇ ਹੁਣ ਇਹਨਾਂ ਲੈ ਜਾਈਏ ਕਲਿਆਣ ਵਾਲਿਆਂ ਦੇ ਮੈਂ ਕਿਹਾ ਭਾਬੀ ਵੱਡੇ ਹੱਥ ਤੇ ਪਾ ਗਿਆ ਆ ਗਿਆ
ਸਪੈਸ਼ਲ ਆਰਡਰ ਤੇ ਨਹੀਂ ਬਣਾਉਣੀਆਂ ਪੈਣੀਆਂ ਮੇਰੇ ਵੀ ਚੜਾਓ ਪੋਲੇ 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 ਨਿੱਕੇ ਕਾਕੇ ਪੋਲੇ ਮੇਰੀ ਕੁੜੀ ਕਿੱਧਰ ਗਈ ਬਹੁਤ ਵੱਡੀ ਜਦੋ ਜਹਿਦ ਹੋ ਰਹੀ ਹੈ ਮੰਗ ਚੜੋ ਚਲ ਕੰਚ ਦੀਆਂ ਦੀ ਉਹ ਦੋ ਦਸ ਕਹਿੰਦਾ ਨਾ ਦੋ ਅੱਠ ਹੀ ਆਉਣਗੀਆਂ ਐਂ ਕਰਦੇ ਕੰਚ ਚੜਾ ਲੈਣੇ ਇੱਕ ਤਾਂ ਘਰੇ ਜਾ ਕੇ ਚੜਾ ਲਾਂਗੇ ਲਾਉਣੀਆਂ ਵੀ ਹੈ ਕਿ ਵੱਢ ਉੱਡ ਕੇ ਲਾ ਦੂੰਗਾ ਬਾਅਦ ਚੋਂ ਨਿੱਕਾ ਬੱਚਾ ਤਾਂ ਸੌਂ ਗਿਆ ਚੂੜਾ ਹੀ ਆਉਂਦਾ ਨਿੱਕੇ ਬੱਚੇ ਦੇ ਹੱਥ ਨਿੱਕੇ ਨਿੱਕੇ ਇਹਦੇ ਲਈ ਵੀ ਲੋ ਛੋਟੀਆਂ ਚੂੜੀਆਂ ਹੈਗੀਆਂ ਨਿੱਕੇ ਬੱਚੇ ਦੇ ਇਹ ਦੋਨਾਂ ਦੇ ਸਾਈਜ਼ ਦੀਆਂ ਹੁਣ ਪੀਤੇ ਵੀ ਚੜਾਉਣ ਲੱਗੀ ਆ ਲਾਲੋ ਗਾ ਲੋਸ਼ਨ ਜਾਂ ਮਾੜਾ ਮੋਟਾ ਲੋ ਬਈ ਚੂੜੀਆਂ ਵੀ ਚੜਾ ਲਈਆਂ ਤੇ ਮੰਮੀ ਨੂੰ ਦਵਾਈ ਵੀ ਦਵਾਤੀ ਤੇ ਹੁਣ ਆਪਾਂ ਸਟੋਰ ਤੋਂ ਜਿਹੜੀ ਸਵਾਲੀ ਲੈ ਲਈਏ ਸਵਾਲੀ ਲੈ ਕੇ ਫਿਰ ਚੱਲਦੇ ਹਾਂ ਘਰੇ ਦਿਲ ਖੁਦਾ ਹੀ ਫੋਨ ਆਈ ਤੁਸੀਂ ਅਜੇ ਘਰੇ ਆਏ ਨੀ ਮੰਮੀ ਮੈਂ ਲੈ ਆਉਣੀ ਆ
ਸੇਵਾ ਚੱਲ ਰਹੀ ਹੈ, ਸੇਵਾ ਨਾਲ ਹੀ ਮੇਵਾ ਮਿਲਦਾ ਬਾਈ। ਤੇ ਇਹਨੂੰ ਰੇਡੀ ਫੋਟੋ ਖਿੱਚੀ ਹੋਈ ਹੈ। ਦੇਖ ਲੋ ਮਸਤ ਮੌਲਾ ਚੈਨੀ ਨੂੰ ਹੱਥ ਲਾਇਆ ਵੀਰੇ। ਖਤਰਨਾਕ ਬੰਦਾ ਹੈ ਨਾ। ਨਹੀਂ ਆਂਟੀ ਕਹਿੰਦੀ ਬੱਬੂ ਆਂਟੀ ਭਾਬੀ ਕੋਲ ਤੂੰ ਲਾ ਕੇ ਪਾ ਲਈ, ਉਹ ਇਹਦੇ ਹੱਥ ਲਾਉਣ ਦੂਗੀ ਫੇਰ ਹੀ ਆ। ਕੀ ਕਹਿੰਦਾ ਸੀਗਾ ਹੁਣ ਕਈ ਮਾੜਾ ਜਿਹਾ ਹੈ। ਮੈਂ ਕੀ ਕਹਿਣ ਲੱਗੀ ਸੀ ਦੱਸਿਓ ਕੀ ਕਹਿੰਦੇ ਸੀਗੇ ਜੇਠ ਜੀ। ਮੈਂ ਕਿਹਾ ਕੀ ਕਹਿੰਦੇ ਸੀ ਮਿਰਚਾਂ ਹੈਂ ਮਿਰਚਾਂ ਪਹਿਲਾਂ ਮਿਰਚਾਂ ਤੋਂ ਪਹਿਲਾਂ ਕੀ ਮੈਂ ਕਿਹਾ ਰਿਕਾਰਡ ਕਰ ਲਵਾਂ ਹੋਰ ਸਵੇਰ ਨੂੰ ਮੁੱਕਰ ਜਿਵੇਂ ਹਾਂ ਨਹੀਂ ਉਦੋਂ ਪਹਿਲਾਂ ਵੀ ਕੁਛ ਕਿਹਾ ਸੀ ਨਹੀਂ ਇੱਕ ਗੱਲ ਹੋਰ ਕਹੀ ਸੀ ਮੈਂ ਤਾਂ ਕੋਈ ਵੀ ਨੀ ਤੂੰ ਦੱਸ ਮੈਂ ਤਾਂ ਕੋਈ ਵੀ ਨੀ ਆਂਟੀ ਪਤਾ ਕੀ ਆਂਦੀ ਆਂਟੀ ਕਹਿੰਦੀ ਉਹ ਜਿਹਾ ਮੈਂ ਤਾਂ ਮਹਿਕਦੀ ਇੱਕ ਇੱਕ ਹੋਰ ਖਾ ਲਾਂਗੇ। ਲੈ ਹੁਣ ਅੱਧੀ ਰਾਤ ਨੂੰ ਕੇਲੇ ਕੋਈ ਬੰਦਾ ਬੁੰਦਾ ਸਵੇਰ ਨੂੰ ਕਿੰਨੇ ਤੋੜਨੀਆਂ ਤਿੰਨ ਕੀ ਵੱਡੇ ਅੱਜ ਕਿੰਨੇ ਤੜਾਏ ਤੂੰ ਇੱਕ ਲਫਾਫਾ ਅੱਜ ਤਾਂ ਵੱਡਾ ਲਫਾਫਾ ਸੀ ਉਹ ਤਾਂ ਡੇਢ ਲਫਾਫਾ ਸੀ। ਹਾਂਜੀ ਤੇ ਹੋਪਫੁਲੀ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊ। ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਨਵੀਂ ਨਵੀਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਕਰ ਲਿਓ ਪ੍ਰੈਸ। ਚਲਦਨ ਬਾਬਾ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ।